पुलिस थाना वेरका के अधीन आते इलाके नवी आबादी विचों पुलिस वेरका नो एक घर विचों नौजवान की लाश मिली है। जिसकी जानकारी देंदे एसपी हरजिंदर सिंह वालों दस्या गया कि नौजवान जगतार की लाश मिली है, जिस दौरान उसके परिवारिक मैंबरों वालों हत्या का मामला दस्या जा रहा है। प्रेम संबंधों के चलदिया उस लड़की के परिवारिक मैंबरों वालों मौत के घाट उतारा गया है। पुलिस वालों मामला दर्ज कर अगली कार्रवाई की जा रही है। ਮੁੰਡੇ ਦਾ ਨਾਂ ਜਗਤਾਰ ਹੈ ਜੀ। ਹਾਂਜੀ, ਭਤੀਜਾ ਮੇਰਾ ਜੀ। ਅਜੇ ਇਹ ਕੁੜੀ ਨੂੰ ਅਸੀਂ ਬਥੇਰਾ ਟੱਕਦੇ ਰਹੇ, ਇਹਦੇ ਘਰ ਆਣ ਕੇ ਮਿੰਟ ਤਰਲਾ ਕੀਤਾ, ਬਾਕੀ ਇਹ ਕੁੜੀ ਨੇ ਇਹਦਾ ਖੇੜਾ ਨਹੀਂ ਛੱਡਿਆ ਜੀ। ਹਾਂਜੀ, ਸਾਨੂੰ ਹਲਾਤਾਂ ਇਹ ਸਾਨੂੰ ਜਦੋਂ ਅਸੀਂ ਜਦੋਂ ਆਣ ਕੇ ਵੇਖਿਆ ਤਾਂ ਸਾਨੂੰ ਇਹਦੀ ਲਾਸ਼ ਮਿਲੀ ਹੈ ਜੀ। ਇਹਨਾਂ ਨੇ ਫਾਹ ਫੂਹ ਦਿੱਤਾ, ਕੁਝ ਦੇ ਕੇ ਉਹਨੂੰ ਪਹਿਲਾਂ ਬੇਹੋਸ਼ ਬੇਹੋਸ਼ ਕੀਤਾ ਵਾ, ਅਤੇ ਇਹ ਇਕੱਲੇ ਕਾਰੇ ਬੰਦੇ ਦਾ ਕੰਮ ਨਹੀਂ ਹੈਗਾ ਜੀ। ਇਹਨਾਂ ਰਲ ਕੇ ਇਹਨਾਂ ਨੇ ਕੀਤਾ ਵਾ, ਪੰਜਾਂ ਚੌਹ ਜਾਣਿਆਂ ਨੇ ਇਹ ਕੰਮ ਕੀਤਾ ਵਾ। ਅੰਗ ਅਸੀਂ ਇਹੋ ਸੀ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਇੱਥੇ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਡੈੱਡ ਬੋਡੀ ਮਿਲੀ ਆ ਇੱਥੇ, ਅਤੇ ਉਹਦੇ ਸੰਬੰਧ ਦੇ ਵਿੱਚ ਇੱਥੇ ਆ ਕੇ ਤਾਂ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਆ, ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਸ ਹਿਸਾਬ ਨਾਲ, ਜੋ ਵੀ ਪੋਸਟਮਾਰਟਮ ਦੇ ਵਿੱਚ ਰਿਪੋਰਟ ਆਊਗੀ ਉਸ ਹਿਸਾਬ ਨਾਲ। ਹਾਂਜੀ, ਇਹ ਕਿ ਫੈਮਿਲੀ ਦੇ ਘਰ ਆਇਆ ਸੀ ਅਤੇ ਉੱਥੇ ਮੁੰਡਾ ਆਇਆ ਸੀ ਅਤੇ ਉਹਦੀ ਮੌਤ ਹੋਈ, ਸਵੇਰੇ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਤਾਂ ਅਸੀਂ ਇੱਥੇ ਆਏ ਹਾਂ। ਕਾਰਵਾਈ ਵਾਲੇ ਡੈੱਡ ਬੋਡੀ ਦੇ ਵਿੱਚ ਜੋ ਵੀ ਫੋਰੈਂਸਿਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਅਤੇ ਪੋਸਟਮਾਰਟਮ ਦੇ ਲਈ ਬੋਡੀ ਨੂੰ ਸੈਂਡ ਕਰ ਦਿੱਤਾ ਗਿਆ, ਅਤੇ ਜੋ ਵੀ ਬਿਆਨ ਮਿਲਣਗੇ ਘਰਦਿਆਂ ਦੇ ਉਸ ਹਿਸਾਬ ਨਾਲ ਕਾਰਵਾਈ। ਨੈਸ਼ਨਲ ਫੂਡ ਸਿਕਿਉਰਿਟੀ ਦੇ